ਪੰਜਾਬ ਪੁਲਿਸ ਅਤੇ ਪੰਜਾਬ ਡਰੱਗ ਵਿਭਾਗ ਵੱਲੋਂ ਸਾਂਝੇ ਤੌਰ ਤੇ ਪਤਾਰਾ ਚੌਂਕੀ ਦੇ SHO ਰਘਵੀਰ ਸਿੰਘ ਅਤੇ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਦੀ ਅਗਵਾਈ 'ਚ ਹਰਜਿੰਦਰ ਮੈਡੀਕਲ ਸਟੋਰ ਅਤੇ ਸੰਜੇ ਹੇਅਰ ਡਰੈਸਰ ਦੀ ਦੁਕਾਨ 'ਤੇ ਛਾਪੇਮਾਰੀ ਕੀਤੀ ਗਈ, ਪਰ ਜਾਂਚ ਦੌਰਾਨ ਉਹਨਾਂ ਨੂੰ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ। ਮੈਡੀਕਲ ਸਟੋਰ ਦੇ ਮਾਲਕ ਕਿਹਾ ਹੈ ਕਿ ਕੁਝ ਲੋਕਾਂ ਨੇ ਪੁਲਿਸ ਨੂੰ ਗਲਤ ਜਾਣਕਾਰੀ ਦਿੱਤੀ। ਆਦਮਪੁਰ ਤੋਂ ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਪਰਮਜੀਤ ਸਾਬੀ ਦੀ ਰਿਪੋਰਟ। ਮੈਂ ਹਰਜਿੰਦਰਪਾਲ ਪਿੰਡ ਢੱਡਾ ਤੋਂ, ਅਤੇ ਮੈਂ ਮੌਜੂਦਾ ਪੰਚ ਵੀ ਹੈਗਾ ਅਤੇ ਮੇਰਾ ਮੈਡੀਕਲ ਸਟੋਰ ਵੀ ਹੈਗਾ। ਕਾਫੀ ਚਿਰਾਂ ਤੋਂ ਅਣਪਛਾਤੇ ਲੋਕਾਂ ਨੇ ਮੇਰੇ ਖਿਲਾਫ਼ ਕਾਫੀ ਦਰਖਾਸਤਾਂ ਦਿੱਤੀਆਂ ਹਨ, ਥਾਣੇ ਦੇ ਵਿੱਚ ਵੀ, ਡਰੱਗ ਇੰਸਪੈਕਟਰ ਸਾਹਿਬ ਨੂੰ, ਵਿਜੀਲੈਂਸ ਦੇ ਵਿੱਚ ਵੀ। ਅੱਜ ਉਸਦੇ ਨਾਲ ਹੀ ਅੱਜ ਥਾਣਾ ਪਤਾਰਾ ਤੋਂ ਅਤੇ ਡਰੱਗ ਇੰਸਪੈਕਟਰ ਸਾਹਿਬ ਮੇਰੀ ਦੁਕਾਨ 'ਤੇ ਆਏ ਹਨ। ਉਹਨਾਂ ਨੇ ਚੈਕਿੰਗ ਕੀਤੀ ਹੈਗੀ ਆ। ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨਸ਼ਾ ਇੱਥੋਂ ਬਰਾਮਦ ਨਹੀਂ ਕੀਤਾ ਗਿਆ ਹੈਗਾ। ਉਹਨਾਂ ਨੇ ਜੋ ਵੀ ਕਾਰਵਾਈ ਕੀਤੀ ਹੈ ਆਪਣੀ ਤਸੱਲੀ ਨਾਲ ਕੀਤੀ ਹੈਗੀ ਆ। ਥਾਣਾ ਪਤਾਰਾ ਦੇ ਮੁਖੀ ਨੇ ਵੀ ਨਾਲ ਰਲ ਕੇ ਸਾਰਾ ਬਹੁਤ ਸਹਿਯੋਗ ਦਿੱਤਾ ਹੈਗਾ, ਅਤੇ ਕੋਈ ਵੀ ਇਸ ਤਰ੍ਹਾਂ ਦੀ ਚੈਕਿੰਗ ਦੇ ਵਿੱਚ ਕੋਈ ਵੀ ਚੀਜ਼ ਨਹੀਂ ਫੜੀ ਗਈ ਹੈਗੀ ਆ। ਮੈਂ ਬਿਲਕੁਲ ਸਹੀ ਕੰਮ ਕਰ ਸਾਡੇ ਕੋਲ ਇੱਕ ਹਰਜਿੰਦਰ ਮੈਡੀਕਲ ਸਟੋਰ ਹੈ ਪਿੰਡ ਢੱਡਾ, ਉਹਦੀ ਕੰਪਲੇਂਟ ਆਈ ਸੀਗੀ ਕਿ ਇਹ ਨਸ਼ੇ ਵਗੈਰਾ ਦੀਆਂ ਦਵਾਈਆਂ ਵੇਚਦਾ ਹੈਗਾ। ਉਸ ਸੰਬੰਧ ਵਿੱਚ ਅਸੀਂ ਜਿਹੜੀ ਪੁਲਿਸ ਦੇ ਹਾਥੀ ਹੈਗੀ ਹੈ ਪਟਾਰਾ ਪਿੰਡ ਦੀ, ਉਹਦੇ ਨਾਲ ਸਾਂਝੀ ਚੈਕਿੰਗ ਕੀਤੀ, ਪਰ ਸਾਨੂੰ ਮੌਕੇ 'ਤੇ ਕੋਈ ਗਲਤ ਦਵਾਈ, ਕੋਈ ਨਸ਼ੀਲੀ ਦਵਾਈ ਕੁਛ ਨਹੀਂ ਮਿਲੀ। ਅਤੇ ਮੈਡਮ ਕੁਛ ਵੀ ਬਰਾਮਦ ਨਹੀਂ ਹੋਇਆ ਇੱਥੋਂ? ਨਹੀਂ, ਕੁਛ ਵੀ ਨਹੀਂ ਮਿਲਿਆ, ਕੋਈ ਨਸ਼ੀਲੀ ਦਵਾਈ। ਅਤੇ ਤੁਹਾਡੇ ਵੱਲੋਂ ਹੁਣ ਕੀ ਇਹਦਾ ਬਿਆਨ ਵਗੈਰਾ ਦਰਜ ਕੀਤਾ ਗਿਆ? ਬਿਆਨ ਇਹ ਹੈ ਕਿ ਅਸੀਂ ਆਪਣੀ ਰਿਪੋਰਟ ਬਣਾ ਲਈ ਹੈ, ਇੱਕ ਦੋ ਕਮੀਆਂ ਹੈਗੀਆਂ ਜਿਹੜੀਆਂ, ਉਹਨਾਂ ਦੇ ਸੰਬੰਧੀ ਇਹਨਾਂ ਨੂੰ ਨੋਟਿਸ ਦਿੱਤਾ ਜਾਊਗਾ। ਠੀਕ ਹੈ ਜੀ।